ਆਈਜੀ ਪਰਮਰਾਜ ਸਿੰਘ ਉਮਰਾ ਡੰਗਲ ਹੁਣਾਂ ਦੀ ਜਿਨ੍ਹਾਂ ਦਾ ਨਾਂ ਇਸ ਗੋਲੀकांड ਦੇ ਵਿੱਚ ਜੁੜਦਾ ਆ ਰਿਹਾ ਆ ਉਹਨਾਂ ਦੇ ਕੋਲੋਂ ਨਾਰਕੋ ਟੈਸਟ ਦੀ ਮੰਗ ਕੀਤੀ ਜਾ ਰਹੀ ਸੀ ਲੰਮੇ ਸਮੇਂ ਤੋਂ ਕਿ ਹਾਲਾਂਕਿ ਬੀਤੇ ਜਿਹੜੇ ਸਮੇਂ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਲੱਗਦਾ ਸੀਗਾ ਕਿ ਉਹਨਾਂ ਦੇ ਹੁਣ ਗੁਲਾਮੇ ਨੂੰ ਹੱਥ ਪੈਣ ਵਾਲਾ ਹੀ ਆ ਸਵੇ ਸੈਣੀ ਨੂੰ ਤੇ ਪਰਮਰਾਜ ਉਮਰਾ ਡੰਗਲ ਨੂੰ ਐਂਡ ਦੇ ਉੱਤੇ ਆ ਕੇ ਜਿਹੜਾ ਇਹੋ ਸਾਰੀ ਗੱਲਬਾਤਾਂ ਅੰਠਪ ਹੋ ਗਈ ਸੀਗੀ ਉਹਨਿਤ ਨਾਰਕੋ ਟੈਸਟ ਦੇ ਵਾਸਤੇ ਪਰਮਰਾਜ ਉਮਰਾਂ ਰੰਗਲ ਨੇ ਹਾਂ ਕਰ ਦਿੱਤੀ ਆ ਤੇ ਨਾਲ ਦੀ ਨਾਲ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਆ ਕਿ ਮੈਂ ਨਾਰਕੋ ਟੈਸਟ ਕਰਾਉਣ ਲਈ ਤਿਆਰ ਆ ਜਿਹਨੇ ਮੇਰੀ ਜਾਂਚ ਕੀਤੀ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਉਹਨਾਂ ਦਾ ਵੀ ਨਾਰਕੋ ਟੈਸਟ ਕਰਾਇਆ ਜਾਵੇ ਉਹਨਾਂ ਨੇ ਇਹ ਇਲਜ਼ਾਮ ਲਾਇਆ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਆ ਉਹਨਾਂ ਦੀ ਲਾਕਡਾਡ ਸੀ ਮੇਰੇ ਨਾਲ ਜਾਣਬੁੱਝ ਕੇ ਮੈਨੂੰ ਇਸ ਮਾਮਲੇ ਵਿੱਚ ਫਸਾਇਆ ਗਿਆ ਆ ਮੈਂ ਨਾਰਕੋ ਟੈਸਟ ਕਰਾਉਣ ਲਈ ਤਿਆਰ ਆ ਪਰ ਨਾਲ ਦੀ ਨਾਲ ਜਿਹੜਾ ਆ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਨਾਰਕੋ ਟੈਸਟ ਵੀ ਕਰਾਇਆ ਜਾਵੇ ਪੁੱਤਰਕਾਰਾਂ ਜਦੋਂ ਉਹਨੂੰ ਪੁੱਛਿਆ ਵੀ ਤੁਸੀਂ ਤਾਂ ਤੁਹਾਡੀ ਤਾਂ ਨੌਕਰੀ ਹੈ ਨਹੀਂ ਸੀ ਇਸ ਇਲਾਕੇ ਵਿੱਚ ਤੁਸੀਂ ਕਿਤੇ ਹੋਰ ਤਾਂ ਆ ਨਾ ਸੀਗੇ ਤੁਸੀਂ ਇੱਥੇ ਕੋਟਕਪੂਰੇ ਕੀ ਕਰਨ ਆਏ ਸੀਗੇ ਤਾਂ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਡੀਜੀਪੀ ਜਿਹੜੇ ਉਸ ਵੇਲੇ ਦੇ ਸੁਮੇਸ਼ ਸੈਣੀ ਸੀ ਉਨਾ ਨਵੇਂ ਉੱਥੇ ਜਾਣ ਲਈ ਕਿਹਾ ਸੀਗਾ ਤਾਂ ਮੈਂ ਉੱਥੇ ਗਿਆ ਸੀਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਨਾਰਕੋ ਟੈਸਟ ਜਿਹੜੇ ਜਿਹੇ ਹੁੰਦੇ ਆ ਤਾਂ ਕੁਝ ਹੋਰ ਸਲੀਤ ਤਾਂ ਸ਼ਾਇਦ ਸਾਹਮਣੇ ਆ ਸਕਦੀਆਂ ਦੂਜੇ ਪਾਸੇ ਇਸੇ ਮਾਮਲੇ ਦੇ ਵਿੱਚ ਬਹਿਬਲ ਗੋਲੀकांड ਦੇ ਮਾਮਲੇ ਦੇ ਵਿੱਚ ਇੱਕ ਹੋਰ ਪੁਲਿਸਗੇ ਐਸਐਸਪੀ ਚੰਡੀ ਸ਼ਰਮਾ ਨੂੰ ਵੀ ਕਿਹਾ ਗਿਆ ਸੀਗਾ ਤੁਸੀਂ ਆਪਣਾ ਨਾਰਕੋ ਟੈਸਟ ਕਰਾਓ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਉਹ ਕਹਿੰਦੇ ਮੈਨੂੰ ਦਿਲ ਦੀਆਂ ਬਿਮਾਰੀਆਂ ਬਹੁਤ ਆ ਇਸ ਕਰਕੇ ਮੈਂ ਜਿਹੜਾ ਨਾਰਕੋ ਟੈਸਟਿੰਗ ਕਰਾ ਰਿਹਾ ਬਣਾ ਮੇਰੇ ਕੋਲ ਕੋਉਣ ਲਈ ਕੁਝ ਨਹੀਂ ਹੈਗਾ ਮੈਂ ਡਰਦਾ ਕਿਸੇ ਗੱਲ ਤੋਂ ਨਹੀਂ ਹੈਗਾ ਪਰ ਮੇਰਾ ਦਿਲ ਇਜਾਜ਼ਤ ਨਹੀਂ ਦਿੰਦਾ ਕਮਜ਼ੋਰ ਆ ਇਸ ਕਰਕੇ ਮੈਂ ਨਾਰਕੋ ਟੈਸਟ ਜਿਹੜਾ ਆ ਉਹ ਨਹੀਂ ਕਰਵਾ ਸਕਦਾ ਸੋ ਜਾਪਦਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ ਇਸ ਕੰਮ ਵਿੱਚ ਤੇਜ਼ੀ ਆਊਗੀ ਕਿਉਂਕਿ ਅਦਰਵਾਈਜ਼ ਪੰਜਾਬ ਦੇ ਪਿੰਡਾਂ ਦੇ ਵਿੱਚ ਐਤਕੀ ਕਾਂਗਰਸੀਆਂ ਦਾ ਵਾੜਨਾ ਜਿਹੜਾ ਆ ਉਹ ਜਾਪਦਾ ਕਿ ਔਖਾ ਕਰ ਦੇਣਗੇ ਲੋਕ ਇਕੱਲੇ ਕਾਂਗਰਸੀਆਂ ਦਾ ਨਹੀਂ ਕਾਲੀਆਂ ਦਾ ਤੇ ਹੋਰ ਪਾਰਟੀਆਂ ਦਾ ਵੀ ਜਿਹੜਾ ਐਤਕੀ ਵਾੜਨਾ ਥੋੜਾ ਔਖਾ ਹੋਣਾ ਕਿਉਂਕਿ ਕਿਸਾਨ ਸੰਘਰਸ਼ ਕਰਕੇ ਲੋਕਾਂ ਦੇ ਵਿੱਚ ਜਿਹੜਾ ਆ ਗੁੱਸਾ ਬਹੁਤ ਆ ਪੰਜਾਬ ਦੀ ਜੋ ਹਾਲਤ ਹੋਈ ਹੋਈ ਆ ਪਾਣੀਆਂ ਕਰਕੇ ਕਿਸਾਨੀ ਕਰਕੇ ਜਾਂ ਹੋਰ ਆਰਥਿਕਤਾ ਕਰਕੇ ਲੋਕੀ ਬੜੇ ਨਰਾਜ਼ ਚੱਲ ਰਹੇ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।